ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਜੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਛੋਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਨਰਾਇਣਾ ਵਿਖੇ ਸਾਲਾਨਾ ਗੁਰਮਤ ਸਮਾਗਮ ਦੇ ਵਿੱਚ ਆਪਾ ਹਾਜ਼ਰੀਆਂ ਭਰ ਰਹੇ ਹਾਂ ਪਿਛਲੇ ਸਾਲ ਬਹੁਤ ਹੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਰੋਵਰ ਦੀ ਖੋਦਾਈ ਜਿਹੜੀ ਆ ਉਹ ਆਰੰਭ ਕਰਨ ਦੇ ਲਈ ਟੱਪਾ ਲਾਇਆ ਸੀ ਅੱਜ 1 ਸਾਲ ਦੇ ਵਿੱਚ ਸਰੋਵਰ ਜਿਹੜਾ ਹੈ ਉਹ ਬਣ ਕੇ ਮੁਕੰਮਲ ਹੋ ਗਿਆ ਔਰ ਇਸ ਸਰੋਵਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਸਹਿਤ ਪੰਜ ਮਹਾਨ ਇਤਿਹਾਸਕ ਸਥਾਨਾਂ ਦਾ ਜਲ ਜਿਹੜਾ ਹੈ ਉਹ ਪਾਇਆ ਗਿਆ ਇਸ ਵਿੱਚ ਸਾਧ ਸੰਗਤ ਜੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਤੇ ਪਤਾ ਲੱਗਦਾ ਹੈ ਕਿ ਸਭ ਤੋਂ ਪਹਿਲਾ ਮਹਾਨ ਵੱਡਾ ਤੀਰਥ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੌਲੀ ਤਿਆਰ ਕਰਵਾ ਕੇ ਤੇ ਉੱਥੇ ਇਸ਼ਨਾਨ ਕਰਨ ਵਾਲਿਆਂ ਨੂੰ ਮਹਾਨ ਬਖਸ਼ਿਸ਼ਾਂ ਦੇ ਨਾਲ ਨਵਾਜਿਆ ਅੱਜ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸੁਣਦੇ ਹਾਂ ਕਈ ਕਹਿ ਦਿੰਦੇ ਨੇ ਕਿ ਪ੍ਰਾਤਨ ਗੁਰੂ ਕਾਲ ਦੇ ਵਿੱਚ ਸਰੋਵਰ ਸਤਗੁਰਾਂ ਨੇ ਜਲ ਦੀ ਪੂਰਤੀ ਲਈ ਬਣਾਏ ਸੀ ਜਦੋਂ ਕਹਿੰਦੇ ਨੇ ਨਾ ਕਿ ਸਰੋਵਰ ਜਿਹੜੇ ਨੇ ਗੁਰੂ ਸਾਹਿਬਾਨ ਨੇ ਜਲ ਦੀ ਪੂਰਤੀ ਵਾਸਤੇ ਬਣਾਏ ਸੀ ਤਾਂ ਉਹਨਾਂ ਦਾ ਲੋਕਮਾਂ ਏਜੰਡਾ ਹੁੰਦਾ ਕਿ ਅੱਜ ਸਰੋਵਰਾਂ ਦੀ ਜ਼ਰੂਰਤ ਨਹੀਂ ਪਰ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੌਲੀ ਸਾਹਿਬ ਜਿਹੜੀ ਹੈ ਉਹ ਤਿਆਰ ਕਰਵਾਈ ਉੱਥੇ ਜਲ ਦੀ ਕਿਹੜੀ ਕਮੀ ਸੀ ਬਿਲਕੁਲ ਨਾਲ ਬਿਆਸ ਦਰਿਆ ਵਗਦਾ ਸੀ ਹੁਣ ਪਾਣੀ ਦੀ ਜ਼ਰੂਰਤ ਨੂੰ ਜਲਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਥੋੜੀ ਬੌਲੀ ਤਿਆਰ ਕਰਾਈ ਸੀ ਜਿਹਨੂੰ ਅੱਜ ਅਸੀਂ ਬੌਲੀ ਸਾਹਿਬ ਕਹਿੰਦੇ ਆ ਕਿਉਂਕਿ ਸਤਗੁਰਾਂ ਨੇ ਤਿਆਰ ਕਰਵਾਈ ਤਾਂ ਇਸੇ ਤਰ੍ਹਾਂ ਹੀ ਚਾਹੇ ਸਰੋਵਰ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਅਮਰਤ ਸਰੋਵਰ ਹੈ ਸੰਤੋਖ ਸਰ ਸਰੋਵਰ ਹੈ ਬਿਵੇਕ ਸਰ ਸਰੋਵਰ ਹੈ ਰਾਮ ਸਰ ਸਰੋਵਰ ਹੈ ਇਹ ਜਿਹੜੇ ਪਾਵਨ ਸਰੋਵਰ ਹੈ ਚਾਹੇ ਤਰਨ ਤਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦਾ ਸਰੋਵਰ ਹੈ ਸ੍ਰੀ ਮੁਕਸਰ ਸਾਹਿਬ ਜੀ ਦਾ ਸਰੋਵਰ ਹੈ ਇਨ੍ਹਾਂ ਸਰੋਵਰਾਂ ਨੂੰ ਕੇਵਲ ਜਲ ਪੂਰਤੀ ਵਾਸਤੇ ਤਿਆਰ ਨਹੀਂ ਕੀਤਾ ਪਾਤਸ਼ਾਹ ਨੇ ਇਹਦਾ ਮਕਸਦ ਸਿੱਖਾਂ ਦੇ ਅੰਦਰੋਂ ਭ੍ਰਮ ਭਾਂਤ ਨੂੰ ਤੋੜਨਾ ਇਹਦਾ ਮਕਸਦ ਜਾਤ ਪਾਤ ਵਰਗੇ ਬਹੁਤ ਵੱਡੇ ਡੰਬਾਂ ਦਾ ਨਾਸ਼ ਕਰਨਾ ਇਹਦਾ ਮਕਸਦ ਸਿੱਖ ਸੰਗਤਾਂ ਦਾ ਕਲਿਆਣ ਕਰਨਾ ਸੀ ਜਿਹੜਾ ਸ੍ਰੀ ਅਮਰਸਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੀਸ ਝੁਕਾਉਂਦਾ ਸੀ ਤੇ ਉਹਦੇ ਦੁੱਖ dard ਤਕਲੀਫਾਂ ਦੂਰ ਹੁੰਦੀਆਂ ਸਨ ਤੇ ਹੁੰਦੀਆਂ ਹਨ ਇੰਨੇ ਕਿ ਉਸ ਵੇਲੇ ਤਕਲੀਫਾਂ ਦੂਰ ਹੁੰਦੀਆਂ ਸੀ ਅੱਜ ਨਹੀਂ ਹੁੰਦੀਆਂ ਅੱਜ ਵੀ ਦੂਰ ਹੁੰਦੀਆਂ ਨੇ ਹੁਣ ਅਸੀਂ ਦੇਖਦੇ ਹਾਂ ਖੰਡੇ ਬਾਟੇ ਦੀ ਪਾਹਲ ਤਿਆਰ ਹੁੰਦੀ ਹੈ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਾਹਲ ਤਿਆਰ ਕਰਦੇ ਸਰਬ ਲੋਹ ਦੇ ਬਾਟੇ ਦੇ ਵਿੱਚ ਜਲ ਪਾਇਆ ਜਾਂਦਾ ਵਿੱਚ ਪਤਾਸੇ ਪਾਏ ਜਾਂਦੇ ਆ ਫਿਰ ਖੰਡਾ ਫੇਰਿਆ ਜਾਂਦਾ ਨਾਲ ਬਾਣੀਆਂ ਦਾ ਜਾਪ ਕੀਤਾ ਜਾਂਦਾ ਤੇ ਜਦੋਂ ਬਾਣੀਆਂ ਦਾ ਜਾਪ ਕੀਤਾ ਜਾਂਦਾ ਤੇ ਪਾਣੀ ਤੇ ਬਾਣੀ ਦਾ ਸੁਮੇਲ ਜਿਹੜਾ ਹੈ ਉਹ ਅੰਮ੍ਰਿਤ ਹੋ ਜਾਂਦਾ ਉਹ ਜੇ ਸਾਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਅਠੇ ਪਹਿਰ ਪੜੀ ਜਾਂਦੀ ਹੈ ਤੇ ਉਥੇ ਪਾਣੀ ਦੇ ਵਿੱਚ ਬਾਣੀ ਦਾ ਸੁਮੇਲ ਨਾ ਹੁੰਦਾ ਹੋਊਗਾ ਉਥੇ ਪਾਣੀ ਦੇ ਵਿੱਚ ਬਾਣੀ ਦਾ ਸੁਮੇਲ ਜਿਹੜਾ ਹੈ ਉਹ ਨਾ ਹੁੰਦਾ ਹੋਊਗਾ ਜੇ ਬਾਟੇ ਦੇ ਵਿੱਚ ਪਾਣੀ ਤੇ ਬਾਣੀ ਦਾ ਸੁਮੇਲ ਜਿਹੜਾ ਹੈ ਉਹ ਅੰਮ੍ਰਿਤ ਹੋ ਜਾਂਦਾ ਹੈ ਤੇ ਫਿਰ ਗੁਰੂ ਘਰਾਂ ਦੇ ਵਿੱਚ ਜਦੋਂ ਬਾਣੀ ਪੜੀ ਜਾਂਦੀ ਹੈ ਤੇ ਉਸ ਬਾਣੀ ਦਾ ਅਸਰ ਜਿਹੜਾ ਹੈ ਉਹ ਜਲ ਦੇ ਵਿੱਚ ਜ਼ਰੂਰ ਹੁੰਦਾ ਹੈ ਚਾਹੇ ਇਸ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਲੇਕਿਨ ਜਿਹੜਾ ਗੁਰੂ ਸਾਹਿਬਾਨ ਦੇ ਉੱਤੇ ਆਸਥਾ ਰੱਖਦਾ ਹੈ ਭਰੋਸਾ ਰੱਖਦਾ ਹੈ ਯਕੀਨ ਰੱਖਦਾ ਹੈ ਉਹ ਮੰਨਦਾ ਔਰ ਉਹਦਾ ਕਲਿਆਣ ਵੀ ਹੁੰਦਾ ਹੈ ਉਹਦੇ ਦੁੱਖ ਦਰਦ ਤਕਲੀਫਾਂ ਦੂਰ ਵੀ ਹੁੰਦੀਆਂ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਿਯਮ ਰੱਖੀ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਨੂੰ ਤਿਆਰ ਕੀਤਾ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਉਣ ਲੱਗ ਪਈਆਂ ਤਾਂ ਇਹਨਾਂ ਦਾ ਜਿਹੜਾ ਵੱਡਾ ਭਰਾ ਸੀ ਪਿਰਥੀ ਚੰਦ ਜਿਹੜਾ ਖੁੰਧਕ ਕਰਦਾ ਸੀ ਉਹ ਪਰੇਸ਼ਾਨ ਹੋ ਗਿਆ ਉਹਨੇ ਆਪਣੇ ਮਿੱਤਰ ਸੁਲਹੀ ਖਾਨ ਦੇ ਰਾਹੀਂ ਮੁਗਲ ਹਕੂਮਤ ਦੇ ਉਸ ਵਕਤ ਦੇ ਬਾਦਸ਼ਾਹ ਨਾਲ ਭੇਟ ਕੀਤੀ ਕਹਿੰਦਾ ਜੀ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ ਮੈਂ ਗੁਰੂ ਬਣਨਾ ਚਾਹੁੰਨਾ ਮੈਂ ਚਾਹੁੰਨਾ ਕਿ ਮੇਰੀ ਵੀ ਸੰਸਾਰ ਦੇ ਵਿੱਚ ਮੰਨਤਾ ਹੋਵੇ ਉਹ ਕਹਿਣ ਲੱਗੇ ਪੁਰਖਾ ਤੈਨੂੰ ਕਿਸ ਨੇ ਰੋਕਿਆ ਕਹਿੰਦਾ ਜੀ ਮੇਰੇ ਭਰਾ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਮਰਤ ਸਰੋਵਰ ਦੇ ਵਿੱਚ ਜਿਸ ਨੂੰ ਤਿਆਰ ਮੇਰੇ ਪਿਤਾ ਜੀ ਨੇ ਕਰਵਾਇਆ ਉਹਨਾਂ ਨੇ ਉਹਦੇ ਵਿੱਚ ਇੱਕ ਸੁੰਦਰ ਇਮਾਰਤ ਤਿਆਰ ਕਰਵਾ ਲਈ ਹੈ ਬਹੁਤ ਸਾਰੀ ਸੰਗਤ ਉਹਦੇ ਦਰਸ਼ਨ ਕਰਨ ਜਾਂਦੀ ਹੈ ਉਹ ਕਹਿਣ ਲੱਗੇ ਜੇ ਉਹਨਾਂ ਨੇ ਅਮਰਤ ਸਰੋਵਰ ਦੇ ਵਿੱਚ ਸੁੰਦਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਕਰਵਾ ਲਈ ਹੈ ਤੇ ਤੂੰ ਵੀ ਤਿਆਰ ਕਰਵਾ ਲਾ ਤੇਰੀ ਸਹਿਯਤਾ ਹਕੂਮਤ ਕਰੂਗੀ ਔਰ ਉਸ ਵਕਤ ਮੁਗਲ ਹਕੂਮਤ ਦੇ ਬਾਦਸ਼ਾਹ ਜਹਾਂਗੀਰ ਨੇ ਪੈਸੇ ਦਿੱਤੇ ਔਰ ਉਸ ਸਰਕਾਰੀ ਪੈਸੇ ਦੇ ਨਾਲ ਪਿਰਥੀ ਚੰਦ ਨੇ ਪਿੰਡ 헤ਹਰ ਦੇ ਵਿੱਚ ਇੱਕ ਨਕਲੀ ਸਰੋਵਰ ਵੀ ਤਿਆਰ ਕਰਵਾਇਆ ਤੇ ਉਹਦੇ ਵਿੱਚ ਇੱਕ ਇਮਾਰਤ ਵੀ ਤਿਆਰ ਕਰਵਾਈ ਲੇਕਿਨ ਗੁਰੂ ਪਿਆਰਿਓ ਉਹਦੇ ਸਰੋਵਰ ਦੇ ਵਿੱਚ ਨਾ ਤਾਂ ਜਲ ਖੜਿਆ ਤੇ ਨਾ ਉਹ ਇਮਾਰਤ ਖੜੀ ਜਿਹੜਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਬਰਾਬਰ ਯਤਨ ਕਰਦਾ ਨਾ ਕੋਈ ਉਹਦਾ ਯਤਨ ਕਦੇ ਕਾਮਯਾਬ ਨਹੀਂ ਹੁੰਦਾ ਉਹਦਾ ਯਤਨ ਕਾਮਯਾਬ ਨਹੀਂ ਹੋ ਸਕਦਾ ਜੋ ਕਲਾ ਗੁਰੂ ਕੇ ਪਾਵਨ ਪਵਿੱਤਰ ਅਸਥਾਨਾਂ ਦੇ ਸਰੋਵਰਾਂ ਦੇ ਵਿੱਚ ਵਰਤਦੀ ਹੈ ਉਹ ਕਲਾ ਕਿਤੇ ਹੋਰ ਨਹੀਂ ਵਰਤ ਸਕਦੀ ਗੁਰੂ ਪਿਆਰਿਓ ਜੋ ਕਲਾ ਗੁਰੂ ਕੇ ਪਾਵਨ ਪਵਿੱਤਰ ਅਸਥਾਨਾਂ ਤੇ ਵਰਤਦੀ ਹੈ ਉਹਨਾਂ ਦੇ ਸਰੋਵਰਾਂ ਤੇ ਵਰਤਦੀ ਹੈ ਉਹ ਕਿਤੇ ਹੋਰ ਨਹੀਂ ਵਰਤ ਸਕਦੀ ਅਜੇਸੇ ਇਲਾਕੇ ਦੇ ਵਿੱਚ ਅਸੀਂ ਬੈਠੇ ਆ ਇੱਥੇ ਕਿੱਥੇ ਪਾਣੀ ਹੈ ਜਿਹੜੀ ਆਸ-ਪਾਸ ਖੇਤੀ ਹੈ ਇਹ ਮੀਂਹ ਦੇ ਪਾਣੀਆਂ ਦੇ ਉੱਤੇ ਨਿਰਭਰ ਹੈ ਤੇ ਸਵੇਰੇ ਤੇ ਬਾਬਾ ਜੀ ਦੱਸ ਰਹੇ ਸੀ ਕਿ ਅਮਰਤ ਸਰੋਵਰ ਦੀ ਜਦੋਂ ਖੁਦਾਈ ਆਰੰਭ ਕੀਤੀ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਤੇ 5-6 ਫੁੱਟ ਦੇ ਉੱਤੇ ਜਿਹੜਾ ਹੈ ਉਹ ਪਾਣੀ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਿਆ ਹੁਣ ਕੀ ਇਹ ਅਜ਼ਮਤ ਨਹੀਂ ਹੈ ਕੀ ਇਹ ਕਰਾਮਾਤ ਨਹੀਂ ਹੈ ਇਸ ਇਲਾਕੇ ਦੇ ਵਿੱਚ ਜਿੱਥੇ ਖੂਹਾਂ ਦਾ ਪਾਣੀ ਤਾਰੇ ਦੀ ਨਿਯਾਇਂ ਦਿਸਦਾ ਇੰਨੇ ਡੁੰਗੇ ਖੂਹ ਨੇ ਉੱਥੇ 5 6 ਫੁੱਟ ਦੇ ਉੱਤੇ ਪਾਣੀ ਸਿਮਣਾ ਸ਼ੁਰੂ ਹੋ ਜਾਂਦਾ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਜ਼ਮਤ ਹੈ ਕਰਾਮਾਤ ਹੈ ਕੋਈ ਮੰਨੇ ਚਾਹੇ ਨਾ ਮੰਨੇ ਲੇਕਿਨ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਵਿਸ਼ਵਾਸ ਰੱਖਦਾ ਹੈ ਜਿਹੜਾ ਸਿੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਰੋਸਾ ਰੱਖਦਾ ਹੈ ਉਹ ਜਰੂਰ ਮੰਨੇਗਾ ਕਿ ਕਲਾ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਵਰਤਦੀ ਹੈ ਔਰ ਵਰਤਦੀ ਰਹੇਗੀ। ਸੋ ਸਾਧ ਸੰਗਤ ਜੀ ਮੈਂ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ। ਇਹਨਾਂ ਤੋਂ ਪਹਿਲੇ ਮਹਾਬੁਰਖ ਸੀ ਬਾਬਾ ਉੱਤਮ ਸਿੰਘ ਜੀ ਜਿਨ੍ਹਾਂ ਨੇ ਇਸ ਅਸਥਾਨ ਦੇ ਉੱਤੇ ਜਿੱਥੇ ਗੁਰੂ ਕੇ ਪਾਵਨ ਪਵਿੱਤਰ ਨਿਸ਼ਾਨ ਸਨ ਉਹਨਾਂ ਨਿਸ਼ਾਨਾਂ ਦੇ ਉੱਤੇ ਇਹ ਸੁੰਦਰ ਦਰਬਾਰ ਜਿਹੜੇ ਆ ਉਹ ਸਥਾਪਿਤ ਕੀਤੇ। ਇਹ ਸਾਡਾ ਇਤਿਹਾਸ ਜਿਉਂਦਾ ਰੱਖਿਆ ਇਹਨਾਂ ਮਹਾਪੁਰਖਾਂ ਨੇ ਜਿਹੜੇ ਸਾਡੇ ਇਤਿਹਾਸ ਨੂੰ ਜਿਉਂਦਾ ਰੱਖਦੇ ਨੇ ਜਿਹੜੇ ਸਾਡੇ ਇਤਿਹਾਸ ਨੂੰ ਚਲੰਤ ਰੱਖਦੇ ਨੇ ਉਹਨਾਂ ਦਾ ਧੰਨਵਾਦ ਜਿਹੜਾ ਹੈ ਉਹ ਕਰਨਾ ਬਣਦਾ ਹੈ ਧੰਨਵਾਦ ਵੀ ਕਰਨਾ ਬਣਦਾ ਹੈ ਸਹਿਯੋਗ ਵੀ ਦੇਣਾ ਬਣਦਾ ਹੈ ਇਹ ਜਗ੍ਹਾ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਬਰਾਜੇ ਨੇ ਔਰ ਇਸ ਜਗ੍ਹਾ ਦੇ ਉੱਤੇ ਇਸ ਅਸਥਾਨ ਤੇ ਉਸ ਵੇਲੇ ਦੇ ਮਹਾਨ ਸਾਧੂ ਬਾਬਾ ਜੈਤਰਾਮ ਜੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਲਾਕਾਤ ਹੋਈ ਹੈ ਜਦੋਂ ਦੋ ਕਿਸਾਨ ਮਿਲਦੇ ਆ ਨਾ ਉਹ ਕਿਸਾਨੀ ਦੀਆਂ ਗੱਲਾਂ ਕਰਦੇ ਆ ਦੋ ਵਪਾਰੀ ਮਿਲ ਜਨ ਵਪਾਰ ਦੀਆਂ ਗੱਲਾਂ ਕਰਦੇ ਆ ਦੋ ਨੌਕਰੀ ਪੇਸ਼ਾ ਮਿਲ ਜਨ ਤੇ ਉਹ ਨੌਕਰੀ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਦੋ ਮਹਾਨ ਅਧਿਆਤਮਿਕ ਰੂਹਾਂ ਮਿਲਦੀਆਂ ਨੇ ਦੇਵ ਪਰਮੇਸ਼ਵਰ ਦੀ ਚਰਚਾ ਕਰਦੀਆਂ ਨੇ ਬੰਦਗੀ ਦੀ ਚਰਚਾ ਕਰਦੀਆਂ ਨੇ ਵਾਹਿਗੁਰੂ ਦੀ ਚਰਚਾ ਕਰਦੀਆਂ ਨੇ ਇਹ ਉਹ ਅਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੈਤਰਾਮ ਜੀ ਦੇ ਨਾਲ ਮਿਲ ਕੇ ਪਰਮੇਸ਼ਵਰ ਦੀ ਚਰਚਾ ਕੀਤੀ ਹੈ ਵਾਹਿਗੁਰੂ ਦੀ ਚਰਚਾ ਕੀਤੀ ਹੈ ਉਹਦੇ ਨਾਮ ਦੀ ਚਰਚਾ ਕੀਤੀ ਹੈ ਤਾਂ ਇਹ ਅਸਥਾਨ ਵਾਕਈ ਬਹੁਤ ਪਾਵਨ ਪਵਿੱਤਰ ਤੇ ਮਹੱਤਤਾ ਵਾਲਾ ਅਸਥਾਨ ਹੈ ਮੈਂ ਇੱਕ ਵਾਰੀ ਫੇਰ ਬੜੇ ਮਹਾਨ ਸਾਧੂ ਅੱਜ ਦੇ ਇਸ ਮਹਾਨ ਸਮਾਗਮ ਦੇ ਵਿੱਚ ਮੰਚ ਤੇ ਬੈਠੇ ਨੇ ਜਿਨ੍ਹਾਂ ਨੇ ਇਸ ਸਰੋਵਰ ਦੇ ਵਿੱਚ ਸਾਡੇ ਪਾਵਨ ਇਤਿਹਾਸਕ ਸਥਾਨਾਂ ਦਾ ਜਲ ਜਿਹੜਾ ਹੈ ਉਹ ਪਾਇਆ ਹੈ ਤੇ ਯਕੀਨ ਜਾਣਿਓ ਇਹ ਉੱਤਮ ਕਾਰਜ ਇਹ ਸਰਵੋਤਮ ਕਾਰਜ ਇਸ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਬਣਾਉਣ ਦਾ ਸਰੋਵਰ ਬਣਾਉਣ ਦਾ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੋਇਆ ਇਸ ਕਰਕੇ ਆਪ ਸਾਰੀ ਸੰਗਤ ਵੀ ਬਹੁਤ ਵੱਡੇ ਧੰਨਤਾ ਦੇ ਜੋਗ ਸਾਰੀ ਸਿੱਖ ਧੰਨਤਾ ਦੇ ਜੋਗ ਨੇ ਜੈਪੁਰ ਦੇ ਸਿੱਖ ਆਸੇ-ਪਾਸੇ ਦੇ ਇਲਾਕਿਆਂ ਦੇ ਸਿੱਖ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਪੰਜਾਬ ਦੇ ਸਿੱਖ ਜਿੰਨੇ ਵੀ ਸਿੱਖ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਸਾਰੇ ਹੀ ਧੰਨਤਾ ਦੇ ਜੋਗ ਨੇ ਔਰ ਮੇਰੀ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰੇ ਇਸ ਰਾਜਸਥਾਨ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਇਹਨਾਂ ਦੇ ਉੱਤੇ ਉਹ ਮਿਹਰ ਭਰਿਆ ਹੱਥ ਰੱਖੇ ਇਹਨਾਂ ਨੂੰ ਆਰਥਿਕ ਬੁਲੰਦੀਆਂ ਤੇ ਪਹੁੰਚਾਵੇ ਖੁਸ਼ਹਾਲੀ ਬਖਸ਼ੇ ਨਾਮ ਬਖਸ਼ੇ ਗੁਰਸਿੱਖੀ ਬਖਸ਼ੇ ਭਜਨ ਬੰਦਗੀ ਬਖਸ਼ੇ ਔਰ ਸਤ ਸੰਗਤ ਕਰਨ ਦਾ ਗੁਣ ਬਖਸ਼ੇ ਬਹੁਤ ਬਹੁਤ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ